ਆਪਾਂ ਸਾਰੇ ਜਾਣਦੇ ਕਿ ਕੈਨੇਡਾ ਇੱਕ ਗ੍ਰੈਂਡ ਸਵਾਸਤ ਦੇ ਬਹੁਤ ਵਧੀਆ ਮੁਲਕ ਹੈ ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਨੇ ਅਤੇ ਹਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਇਸ ਦੇ ਨਾਲ ਨਾਲ ਕੈਨੇਡਾ ਸਰਕਾਰ ਵੱਲੋਂ ਇੱਕ ਨਵਾਂ ਬਿੱਲ ਪੇਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹ ਕੈਨੇਡੀਅਨ ਸਿਟੀਜ਼ਨ ਆਦਮੀ ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਅਗਰ ਕੋਈ ਉਹ ਅਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਪਾਇਆ ਗਿਆ ਤੇ ਉਸ ਦੀ ਜਿਹੜੀ ਦੋਹਰੀ ਨਾਗਰਿਕਤਾ ਕੈਨੇਡਾ ਦੀ ਸਿਟੀਨਸ਼ਿਪ ਉਹ ਰੱਦ ਕੀਤੀ ਜਾਏਗੀ ਇਹ ਬਿੱਲ ਕੈਲਗਰੀ ਦੇ ਨਾਰਥ-ਈਸਟਲ ਕਦੇ ਮੈਂਬਰ ਪਾਰਲੀਮੈਂਟ ਮਾਨਯੋਗ ਦਵਿੰਦਰ ਸੋਰੀ ਜੀ ਲੈ ਕੇ ਆਏ ਨੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਇਸ ਬਿੱਲ ਬਾਰੇ ਬਿੱਲ ਦੀ ਆਪਾਂ ਗੱਲ ਕਰਦੇ ਹਾਂ ਸੰਧੂ ਸਾਹਿਬ ਬੇਲੇ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਮੈਨੇ ਬਿੱਲੇ ਪੇਸ਼ ਕੀਤਾ ਇਸ ਬਿੱਲ ਦੇ ਅੰਡਰ ਜੋ ਸਾਡੇ ਪਰਮਨੈਂਟ ਰੈਜ਼ੀਡੈਂਟਸ ਕੈਨੇਡਾ ਦੇ ਵਿੱਚ ਆਉਗੇ ਉਹਨਾਂ ਦੇ ਵਿੱਚੋਂ ਜਿਹੜੇ ਵੀ ਪਰਮਨੈਂਟ ਰੈਜ਼ੀਡੈਂਟਸ ਫੋਰ ਆਰਮਡ ਫੋਰਸਿਸ ਨੇ ਉਹਨਾਂ ਨੂੰ ਜੁਆਇਨ ਕਰੂਗੇ ਤਾਂ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਲਈ ਰਿਕੁਆਇਰਮੈਂਟ ਹੈ ਟਾਈਮ ਦੀ ਉਸ ਦੇ ਵਿੱਚ ਉਹਨਾਂ ਨੂੰ 1 ਸਾਲ ਦੀ ਛੋਟ ਦਿੱਤੀ ਜਾਏਗੀ। ਅੱਛਾ ਜੀ। ਔਰ ਇਸ ਦੇ ਨਾਲ ਹੀ ਨਾਲ ਦੂਸਰਾ ਕਨਵਰਸਲੀ ਕੀ ਹੈਗਾ ਦੂਸਰਾ ਪਾਰਟ ਹੈ ਜਿਹੜਾ ਬਿਲ ਦਾ। ਉਹ ਇਹ ਹੈਗਾ ਕਿ ਜੇ ਸਾਡੇ ਕੋਈ ਸਿਟੀਜ਼ਨ ਜਿਹੜੇ ਹੈਗੇ ਉਹ ਬਾਹਰ ਜਾ ਕੇ ਸਾਡੇ ਕੈਨੇਡੀਅਨ ਆਰਮਡ ਫੋਰਸਿਸ ਦੇ ਅਟੈਕ ਕਰਦੇ ਆ ਉਹਨਾਂ ਨਾਲ ਵਾਰ ਦੇ ਵਿੱਚ ਇੰਗੇਜ ਹੁੰਦੇ ਹੈਗੇ ਉਹਨਾਂ ਦੇ ਅਗੇਂਸਟ ਤਾਂ ਉਹਨਾਂ ਦੀ ਜਿਹੜੀ ਉਹਨਾਂ ਇਹ ਸਮਝਿਆ ਜਾਏਗਾ ਕਿ ਉਹੋ ਜਿਹੜੇ ਨਾਗਰਿਕ ਨੇ ਕੈਨੇਡਾ ਦੇ ਕੈਨੇਡੀਅਨ ਸਿਟੀਜ਼ਨਸ਼ਿਪ ਆ ਉਹਨੂੰ ਰੀਨਾਊਂਸ ਕਰਨ ਲਈ ਐਪਲੀਕੇਸ਼ਨ ਦੇ ਦਿੰਦੀ ਹੈ। ਪਰ ਡੈਫੀਨੇਟਲੀ ਇਹਦਾ ਇੱਕ ਡਿਊ ਪ੍ਰੋਸੈਸ ਹੋਏਗਾ ਨਾਲ ਡਿਊ ਪ੍ਰੋਸੈਸ ਪ੍ਰੋਸੈਸ ਦੇ ਅੰਡਰ ਕੀ ਹੁੰਦਾਗਾ ਸੰਤੋਖ ਸਾਹਿਬ ਕੇ ਉਹ ਐਪਲੀਕੇਸ਼ਨ ਸਿਟੀਜ਼ਨਸ਼ਿਪ ਜਾਂ ਜੱਜ ਦੇ ਅੱਗੇ ਪੇਸ਼ ਕੀਤੀ ਜਾਂਦੀ ਹੈ ਫਿਰ ਉੱਥੇ ਉਹਨਾਂ ਨੂੰ ਮੌਕਾ ਹੁੰਦਾ ਹੈ ਕਿ ਉਹ ਆਪਣੀ ਸਪਾਈ ਵੀ ਦੇ ਸਕਦਾ ਹੈ ਤੇ ਜੇ ਜੱਜ ਉਹਨਾਂ ਉਹਨਾਂ ਦੀ ਰਿਨੌਂਸ ਕਰ ਦੇਣ ਸਿਟੀਜ਼ਨਸ਼ਿਪ ਤਾਂ ਉਸ ਤੋਂ ਬਾਅਦ ਫੈਡਰਲ ਕੋਰਟ ਦੇ ਵਿੱਚ ਵੀ ਉਹਨੂੰ ਅਪੀਲ ਕੀਤਾ ਜਾ ਸਕੇਗਾ ਔਰ ਇਸ ਦੇ ਨਾਲ ਹੀ ਨਾਲ ਇਨ ਬੀਟਵੀਨ ਵੀ ਜਿਹੜਾ ਉਹਨੂੰ ਜਿਹੜੀ ਐਪਲੀਕੇਸ਼ਨ ਡੀਮਡ ਐਪਲੀਕੇਸ਼ਨ ਹੋਣੀ ਹੋਊਗੀ ਉਸ ਨੂੰ ਵਿਦਡਰਾ ਕਰਨ ਲਈ ਫੈਡਰਲ ਕੋਰਟ ਦੇ ਵਿੱਚ ਉਹ ਅਪਲਾਈ ਵੀ ਕਰ ਸਕਦੇ ਹੋਣਗੇ ਅਸ਼ੂਰ ਸਾਹਿਬ ਜੋ ਅਸੀਂ ਇਹ ਸਮਝਦੇ ਹਾਂ ਕਿ ਜੋ ਤੁਸੀਂ ਬਿੱਲ ਲੈ ਕੇ ਆਏ ਹੋ ਦੋਹਰੀ ਨਾਗਰਿਕਤਾ ਵਾਲਾ ਬੰਦਾ ਕੈਨੇਡੀਅਨ ਸਿਟੀਨਸ਼ਿਪ ਹੋਣ ਦੇ ਬਾਵਜੂਦ ਜੇ ਉਹ ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚ ਅਤਵਾਦੀ ਸਰਗਰਮੀਆਂ ਦੇ ਵਿੱਚ ਸ਼ਾਮਲ ਪਾਇਆ ਜਾਂਦਾ ਤੇ ਉਸ ਦੀ ਨਾਗਰਿਕਤਾ ਰੱਦ ਕੀਤੀ ਜਾਏਗੀ ਇਸ ਵੇਲੇ ਜਿਹੜਾ ਬਿੱਲ ਹੈ ਉਹ ਆਰਮਡ ਫੋਰਸਸ ਦੀ ਗੱਲ ਕਰਦਾ ਪਰ ਡੈਫੀਨੇਟਲੀ ਪਿੱਛੇ ਜੇ ਕਿਉਂਕਿ ਬੁਲਗਾਰੀਆ ਦੇ ਵਿੱਚ ਜੋ ਉੱਥੇ ਕੁਝ ਬੋਮਬ ਅਟੈਕਸ ਹੋਏ ਇਹ ਅਲਜੀਰੀਆ ਦੇ ਵਿੱਚ ਕੁਛ ਹੋਇਆ ਉੱਥੋਂ ਪਤਾ ਲੱਗਿਆ ਕਿ ਉਹਦੇ ਵਿੱਚ ਕੁਛ ਸਾਡੇ ਕੈਨੇਡੀਅਨ ਸਿਟੀਜ਼ਨ ਸੀ ਜਿਹੜੇ ਉਹ ਵੀ ਸ਼ਾਮਿਲ ਸੀ ਤਾਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਜੋ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦੇ ਮਿਨਿਸਟਰ ਨੇ ਜੈਸਨ ਕੈਨੀ ਸਾਹਿਬ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤੀ ਹੈ ਕਿ ਮੇਰੇ ਬਿਲ ਦੇ ਵਿੱਚ ਇਹ ਜਿਹੜਾ ਐਕਸਟਰੀਮਿਜ਼ਮ ਟੈਰਰਿਜ਼ਮ ਇਹਨਾਂ ਨੂੰ ਵੀ ਐਡ ਕੀਤਾ ਜਾਵੇ ਅਸ਼ੁਰ ਸੌਰ ਜੇ ਤੁਸੀਂ ਬਿੱਲ ਲੈ ਕੇ ਆਏ ਜੇ ਕਿ ਕੋਈ ਵੀ ਕੈਨੇਡੀਅਨ ਸਿਟੀਜ਼ਨ ਬੰਦਾ ਜੇ ਕਿਸੇ ਵੀ ਦੇਸ਼ ਦੇ ਵਿੱਚ ਆਤਵਾਦੀ ਸੰਗ੍ਰਾਮੇ ਸ਼ਾਮਲ ਪਾਇਗਾ ਤੁਹਾਨੂੰ ਵਾਪਸ ਭੇਜਿਆ ਜਾਏਗਾ ਉਹਦੇ ਦੇਸ਼ ਪਰ ਜਦੋਂ ਤੁਸੀਂ ਸਿਟੀਜ਼ਨਸ਼ਿਪ ਲੈਣੇ ਤਾਂ ਤੁਸੀਂ ਆਪਣੇ ਸਾਰੇ ਪਾਸਪੋਰਟ ਡਾਕੂਮੈਂਟ ਸਾਰੇ ਸਰੈਂਡਰ ਕਰ ਦਿੰਨੇ ਆ ਕਿਸ ਬਿਹਾਫ ਦੇ ਉੱਤੇ ਤੁਸੀਂ ਉਹਨਾਂ ਨੂੰ ਵਾਪਸ ਭੇਜੋਗੇ ਸੰਧੂ ਸਾਹਿਬ ਜਿਸ ਤਰ੍ਹਾਂ ਮੈਂ ਪਹਿਲਾਂ ਕਹਾਂਗਾ ਕਿ ਬਿੱਲ ਮੇਰਾ ਜਿਹੜਾ ਜਿਹੜਾ ਉਹਨਾਂ ਤੇ ਇੰਪੈਕਟ ਕਰੇਗਾ ਜੋ ਕੈਨੇਡੀਅਨ ਆਰਮਡ ਫੋਰਸਸ ਤੇ ਅਟੈਕ ਕਰਦੇ ਨੇ ਉਹਨਾਂ ਨਾਲ ਵਾਰ ਦੇ ਵਿੱਚ ਇੰਗੇਜ ਹੁੰਦੇ ਆ ਪਰ ਐਟ ਦਾ ਸੇਮ ਟਾਈਮ ਜਿਹੜਾ ਬਿੱਲ ਹੈਗਾ ਉਸ ਦਾ ਇਫੈਕਟ ਉਹ ਇਨਸਾਨ ਇਹ ਸਮਝਿਆ ਜਾਏਗਾ ਕਿ ਉਹ ਅਪਲਾਈ ਕਰਦਾ ਹੈ ਕਿ ਮੇਰੀ ਜਿਹੜੀ ਸਿਟੀਜ਼ਨਸ਼ਿਪ ਹੈ ਕੈਨੇਡੀਅਨ ਸਿਟੀਜ਼ਨਸ਼ਿਪ ਉਸ ਨੂੰ ਤੁਸੀਂ ਖਰਚ ਕਰ ਦਿਓ ਪਰ ਐਟ ਦਾ ਸੇਮ ਟਾਈਮ ਸੰਸਦ ਸਾਹਿਬ ਮੈਂ ਇਹ ਸਾਰੇ ਤੁਹਾਡੇ ਸਰੋਤਿਆਂ ਨੂੰ ਵਿਸ਼ਵਾਸ ਦਿਵਾਉਣਾ ਸਾਰੇ ਕੈਨੇਡੀਅਨਸ ਨੂੰ ਵਿਸ਼ਵਾਸ ਦਿਵਾਉਣਾ ਕਿ ਕੈਨੇਡੀਅਨ ਜੋ ਗਵਰਨਮੈਂਟ ਹੈ ਮੇਰੇ ਬਿਲ ਦੇ ਅੰਡਰ ਅਸੀਂ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਐਗਰੀਮੈਂਟਸ ਨੇ ਜਿਹੜੀਆਂ ਆਬਲੀਗੇਸ਼ਨ ਨੇ ਉਹਨਾਂ ਨੂੰ ਸਾਰਿਆਂ ਨੂੰ ਕੰਪਲਾਈ ਕਰਾਂਗੇ ਕੈਲਗਰੀ ਤੋਂ ਗੁਰਪ੍ਰੀਤ ਸਿੰਘ ਸੰਧੂ ਮਾੜੀ ਮੇਗਾ ਪੀਟੀਸੀ ਨਿਊਜ਼